ਪਾਵਰਕੌਮ ਦਫ਼ਤਰ ਗੁਰਦਾਸਪੁਰ ਦੇ AOTL ਦੇ SDO ਕਮਲਜੀਤ ਸਿੰਘ ਉੱਪਰ ਵਿਭਾਗ ਦੇ ਜਈਆਂ ਨੇ ਲਗਾਏ ਸਕ੍ਰੈਪ ਦੀਆਂ ਤਾਰਾਂ ਨੂੰ ਘਰ ਖੜਨ ਅਤੇ ਜਈਆਂ ਦੀ ਡਿਊਟੀ ਵਿੱਚ ਦਖਲ ਅੰਦਾਜ਼ੀ ਕਰਨ ਦੇ ਆਰੋਪ। ਬਿਜਲੀ ਵਿਭਾਗ ਦੇ ਜਈਆਂ ਨੇ SDO ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ। SDO ਨੂੰ ਦਫ਼ਤਰ ਵਿੱਚ ਕੀਤਾ ਬੰਦ ਅਤੇ ਉੱਚ ਅਧਿਕਾਰੀਆਂ ਨੇ ਕੀਤੇ ਜਾਂਚ ਦੇ ਹੁਕਮ। SDO ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਬਿਜਲੀ ਵਿਭਾਗ ਦੇ ਜਈਆਂ ਨੇ ਆਰੋਪ ਲਗਾਇਆ ਕਿ AOTL ਦੇ SDO ਕਮਲਜੀਤ ਸਿੰਘ ਉਹਨਾਂ ਦੀ ਡਿਊਟੀ ਵਿੱਚ ਦਖਲ ਅੰਦਾਜ਼ੀ ਕਰਦੇ ਹਨ ਅਤੇ ਜੋ ਹਾਈ ਵੋਲਟੇਜ ਤਾਰਾਂ ਦੀ ਸਕ੍ਰੈਪ ਦੇ ਬੰਡਲ ਹੁੰਦੇ ਹਨ ਉਹ ਆਪਣੇ ਘਰ ਲੈ ਜਾਂਦੇ ਹਨ ਅਤੇ ਮੁਲਾਜ਼ਮਾਂ ਦਾ DATA ਬਣਾਉਣ ਦੇ ਲਈ ਵੀ ਉਹਨਾਂ ਦੇ ਕੋਲੋਂ ਨਿੱਜੀ ਕੰਮ ਲੈ ਜਾਂਦੇ ਹਨ, ਜਿਸ ਕਰਕੇ ਅੱਜ ਉਹਨਾਂ ਨੇ SDO ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ SDO ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸਾਡੇ ਨੇ SDO ਸਾਹਿਬ 9 ਦਸੰਬਰ ਮਹੀਨੇ ਸਾਡੇ ਦਫ਼ਤਰ ਜੁਆਇਨ ਕੀਤਾ ਵਾ, ਜਦਕਿ ਅਸੀਂ ਪਿਛਲੇ 4-5 ਸਾਲ ਤੋਂ ਕਿ 12 ਤੋਂ ਸਾਡੀ ਵਿੰਗ ਵੱਖਰੇ ਬਣੇ ਹੋਏ ਆ। ਉਦੋਂ ਤੋਂ ਇਹ ਸਾਰੇ ਸਟਾਫ ਨੂੰ ਤੰਗ ਕਰ ਰਿਹਾ SDO ਸਾਹਿਬ। ਕੀ ਨਾਂ ਇਹਨਾਂ ਦਾ? ਕਿਹੜਾ? ਕਵਲਜੀਤ ਸਿੰਘ, SDO AOTL ਗੁਰਦਾਸਪੁਰ। ਅੱਜ ਅਸੀਂ ਕੁਛ ਨਹੀਂ ਕੀਤਾ, ਬੰਦੇ ਕੰਮ 'ਤੇ ਗਏ ਸੀ ਡੇਰਾ ਬਾਬਾ ਨਾਨਕ। ਬੰਦੇ ਸਵੇਰੇ 7 ਵਜੇ ਚਲ ਗਏ ਸੀ ਅਰਲੀ, ਕੰਮ ਮੁੱਕਣ ਤੋਂ ਬਾਅਦ ਬੰਦਿਆਂ ਨੇ ਘਰ ਆਉਣਾ ਸੀ, 2 ਵਜੇ ਆਏ ਹਾਂ। ਕਹਿੰਦਾ ਜੀ ਬੰਦੇ 5 ਵਜੇ ਤੋਂ ਪਹਿਲਾਂ ਕਿਉਂ ਆ ਗਏ? ਜਦੋਂ ਸਾਡਾ ਕੰਮ ਖਤਮ ਹੋ ਗਿਆ, ਇੰਨੀ ਗਰਮੀ 'ਚ ਇਹਨਾਂ ਨੇ ਅਸੀਂ ਅਰਲੀ ਗਏ ਸੀ ਅਤੇ ਅਸੀਂ ਅਰਲੀ ਆਉਣਾ ਸੀਗਾ। ਉਹ ਕਹਿੰਦਾ ਵੀ ਨਹੀਂ, ਜਾਂ ਤੁਹਾਡੇ TA ਪੈਂਡਿੰਗ ਰੱਖ ਲੈਂਦੇ ਆ, ਉਹ ਨਹੀਂ ਕਰਦੇ, ਅਤੇ ਹਰ ਤਰ੍ਹਾਂ 'ਚ ਪਰੇਸ਼ਾਨੀ ਕਰਦੇ ਆ। ਕਹਿੰਦੇ ਤੁਸੀਂ ਜਰਨੀਆਂ ਗਲਤ ਪਾਈਆਂ ਨੇ, ਜਿਹੜਾ ਸਮਾਨ ਅਸੀਂ ਕੋਈ ਡਿਸਮੈਂਟਲ ਹੋਇਆ ਇੱਕ ਦਿਨ ਤਾਰ ਟੁੱਟ ਗਈ, ਉਹਨਾਂ ਆਪਣੇ ਘਰ ਨਿੱਜੀ ਤੌਰ 'ਤੇ ਲਿਖਾੜੀਏ ਜਿਹੜਾ ਕਿ ਇਹਨਾਂ ਰੱਖਣਾ ਇਹਨਾਂ ਦਾ ਪਰ ਇਹਨੇ ਰਖਾਈ ਇਹਨਾਂ ਨੇ ਆਪਣੇ ਘਰ ਲੈ ਗਿਆ। ਅਸੀਂ ਕਹਿੰਦੇ ਵੀ ਬੋਰਡ ਦਾ ਸਮਾਨ ਆ, ਅਸੀਂ ਚਾਹੀ ਲਗਾ ਸਾਡੀ ਜ਼ਿੰਮੇਵਾਰੀ, ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਹਦੇ ਤੋਂ ਨਜਾਤ ਦਵਾਈ ਜਾਏ, ਬਹੁਤ ਸਾਨੂੰ ਤੰਗ ਕਰ ਰਿਹਾ। ਮੈਂ ਨਹੀਂ, ਸਾਰੇ 3 ਜਾਈ, ਅਸੀਂ 3 ਜਾਈ ਹਾਂ। ਲਾਡੀ ਤੁਸੀਂ ਦੱਸ ਦਿਓ। ਹਾਂ, ਪਹਿਲੇ ਤਾਂ ਮੇਰੇ ਨਾਲ ਇਹਨਾਂ ਕੋਈ ਗੱਲ ਨਹੀਂ ਕੀਤੀ ਹੈਗੀ, ਅਸੀਂ ਦਰੀ ਵਿਛਾਉਣ ਲੱਗੇ ਹਾਂ, ਹੈਂ ਜਾਂ ਆਹ ਗੱਲ ਹੈਗੀ ਆ, ਮੇਰੇ ਕੋਲ ਆਉਂਦੇ ਮੇਰੇ ਨਾਲ ਗੱਲ ਕਰਦੇ, ਮੈਂ ਜਈਆਂ ਨੂੰ ਵੀ ਕਿਹਾ ਦੱਸੋ ਕੀ ਗੱਲ ਹੈਗੀ ਆ, ਮਸਲਾ ਕੀ ਆ? ਅਤੇ ਜੇ ਮਸਲਾ ਸੀਗਾ ਗੱਡੀ ਦੀ ਜਰਨੀ ਦਾ, ਮੈਂ ਕਿਹਾ ਜਰਨੀਆਂ ਤੁਹਾਡੀਆਂ ਜਸਟੀਫਾਈ ਨਹੀਂ ਹੈਗੀਆਂ, ਇਹਨੂੰ ਜਸਟੀਫਾਈ ਕਰੋ ਵੀ ਜੇ ਗੱਡੀ ਤੁਹਾਡੀ ਚੱਲੀ ਆ ਤਾਂ ਉਹ ਕਿੱਦਾਂ ਚੱਲੀ ਆ, ਮੈਨੂੰ ਜਸਟੀਫਾਈ ਕਰੋ ਕਿੱਥੇ ਘੁੰਮੀ ਆ, ਇਹ ਗੱਲ ਸੀ ਬਸ। ਉਹ ਜਸਟੀਫਾਈ ਨਹੀਂ ਕੀਤੀ, ਉਹਨੇ 1 ਹਫ਼ਤੇ ਉੱਪਰ ਹੋ ਗਿਆ, ਆਪਣਾ ਜਵਾਬ ਨਹੀਂ ਆਇਆ ਹੁਣ ਤੱਕ। ਸਰ TA ਦੇ ਕਾਲਮ ਪੂਰੇ ਨਹੀਂ ਭਰੇ ਉਹਨੇ, ਉਹ TA ਕਾਲਮ ਭਰਾ ਕੇ TA ਭੇਜਦੇ ਹੋਏ ਆ। ਕੁਰਸੀਆਂ ਕਿਹੜੀ ਬਣਾਉਣੀ? ਕਿਹਾ ਕਿਹੜੀ ਕੁਰਸੀ ਬਣਾਓ? ਇਸ ਬਾਰੇ ਮੈਂ ਇਹ ਸੂਚਿਤ ਕਰਨਾ ਚਾਹੁੰਦਾ ਕਿ ਇਸ ਬਾਰੇ ਮੇਰੇ ਧਿਆਨ 'ਚ ਨਾ ਤਾਂ ਜਈਆਂ ਵੱਲੋਂ ਲਿਆਂਦਾ ਗਿਆ ਕਦੀ, ਅਤੇ ਨਾ ਹੀ SDO ਵੱਲੋਂ ਮੇਰੇ ਧਿਆਨ 'ਚ ਲਿਆਂਦਾ ਗਿਆ, ਬਟ ਮੈਂ ਹੁਣ ਜਈਆਂ ਕੋਲੋਂ ਲਿਖਤੀ ਰੂਪ ਦੇ ਵਿੱਚ ਲਿਖਾ ਕੇ ਲਵਾਂਗਾ।